ਬਠਿੰਡਾ ਦੇ ਗੁਰੂ ਨਾਨਕਪੁਰਾ ਮੁਹੱਲੇ ਵਿੱਚ ਗੁੰਡਾਗਰਦੀ ਦਾ ਨਾਚ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਕੁਝ ਅਨਸਰਾਂ ਵੱਲੋਂ ਇੱਕ ਲੜਕੇ ਨੂੰ ਘਰ ਵਿੱਚ ਆ ਕੇ ਉਸ ਦੀ ਕੁੱਟਮਾਰ ਕੀਤੀ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਕਿਸ ਤਰ੍ਹਾਂ ਉਹ ਲੜਕੇ ਦੇ ਪਿੱਛੇ ਪਏ ਅਤੇ ਉਹ ਲੜਕਾ ਇੱਕ ਘਰ ਵੜ ਗਿਆ ਅਤੇ ਉਸ ਦੇ ਪਿੱਛੇ ਕੁਝ ਨੌਜਵਾਨ ਵੀ ਵੜ ਗਏ। ਇਸ ਤਰ੍ਹਾਂ ਦੀਆਂ ਘਟਨਾਵਾਂ ਅੱਜ ਕੱਲ੍ਹ ਬਠਿੰਡਾ ਵਿੱਚ ਆਮ ਹੀ ਹੋ ਰਹੀਆਂ ਨੇ। ਕੱਲ੍ਹ ਇਸ ਤਰ੍ਹਾਂ ਦੀ ਘਟਨਾ ਇੱਕ ਪਰਸਨ ਨਗਰ ਦੇ ਹੇਅਰ ਡਰੈਸਰ ਦੀ ਦੁਕਾਨ 'ਤੇ ਵੀ ਹੋਈ ਹੈ। ਪੁਲਿਸ ਪ੍ਰਸ਼ਾਸਨ ਅੱਜ ਕੱਲ੍ਹ ਲੋਕਡਾਊਨ 'ਚ ਉਲਝਿਆ ਹੋਇਆ ਹੈ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਅੱਜ ਕੱਲ੍ਹ ਆਮ ਹੋ ਰਹੀਆਂ ਨੇ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਗੁਰੂ ਨਾਨਕਪੁਰਾ ਮੁਹੱਲੇ ਦੀਆਂ, ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਹ ਲੜਕੇ ਕਿਸ ਤਰ੍ਹਾਂ ਪਰਿਵਾਰਕ ਮੈਂਬਰਾਂ ਨਾਲ ਵੀ ਬਹਿਸ ਕਰ ਰਹੇ ਨੇ। ਕਿਸ ਤਰ੍ਹਾਂ ਉਸ ਲੜਕੇ ਨੇ ਇਸ ਘਰ ਦੇ ਅੰਦਰ ਵੜ ਕੇ ਆਪਣੀ ਜਾਨ ਬਚਾਈ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ। ਪੁਲਿਸ ਪ੍ਰਸ਼ਾਸਨ ਕਿਤੇ ਨਾ ਕਿਤੇ ਹੱਥ 'ਤੇ ਹੱਥ ਧਰ ਕੇ ਬੈਠਾ ਹੋਇਆ ਦਿਖਾਈ ਦੇ ਰਿਹਾ ਹੈ। ਇਹ ਘਟਨਾਵਾਂ ਬਠਿੰਡੇ ਵਿੱਚ ਰੋਜ਼ ਕਿਤੇ ਨਾ ਕਿਤੇ ਵਾਪਰ ਰਹੀਆਂ ਨੇ। ਦੇਖ ਰਹੇ ਹੋ ਕਿਸ ਤਰ੍ਹਾਂ 10-12 ਲੜਕੇ ਉਸ ਦੇ ਪਿੱਛੇ ਪਏ ਅਤੇ ਉਸ ਨੇ ਆਪਣੀ ਇੱਕ ਘਰ ਵਿੱਚ ਵੜ ਕੇ ਜਾਨ ਬਚਾਈ। ਤਸਵੀਰਾਂ 'ਚ ਤੁਸੀਂ ਦੇਖ ਰਹੇ ਹੋ ਇਹ ਗੁਰੂ ਨਾਨਕਪੁਰਾ ਮੁਹੱਲੇ ਦੀਆਂ ਤਸਵੀਰਾਂ ਨੇ ਜਿੱਥੇ ਇਹ ਕੁਛ ਹੋਇਆ ਹੈ। ਹਾਂਜੀ, ਕੀ ਨਾਂ ਜੀ ਤੁਹਾਡਾ? ਜੀ ਜਸਵੰਤ ਸਿੰਘ ਜੀ। ਹਾਂਜੀ ਜਸਵੰਤ ਸਿੰਘ, ਕੀ ਕਹਿਣਾ ਚਾਹੁੰਦੇ ਜੀ, ਕੀ ਘਟਨਾ ਵਾਪਰੀ ਹੈ? ਘਟਨਾ ਕੀ, ਇਹ ਪਰਸੋਂ ਦੀ ਗੱਲ ਹੈ ਜੀ। ਪਰਸੋਂ ਕੁਛ ਗੁੰਡਾ ਅਨਸਰ ਇੱਕ ਲੜਕੇ ਦੇ ਪਿੱਛੇ ਕੁਛ ਆਲਰੇਡੀ ਮੈਂ ਚੌਂਕੀ ਇੰਚਾਰਜ ਬੱਸ ਸਟੈਂਡ ਨੇ ਮੇਰੇ ਧਿਆਨ 'ਚ ਲਿਆਤਾ ਸੀਗਾ, ਉਹਦੀ ਇਨਕੁਆਇਰੀ ਕਰੀ ਜਾਂਦੇ। ਜੇ ਕੋਈ ਵੀ ਸਟੇਟਮੈਂਟ ਦੇਊਗਾ ਉਹਦੇ ਖਿਲਾਫ ਅਸੀਂ ਬਣਦੀ ਕਾਰਵਾਈ ਕਰਾਂਗੇ। ਹਜੇ ਤੱਕ ਤਾਂ ਕੋਈ ਐਪਲੀਕੇਸ਼ਨ ਨਹੀਂ ਹੈ, ਅਸੀਂ ਆਪਦੇ ਲੈਵਲ 'ਤੇ ਵੀਡੀਓ ਨੂੰ ਦੇਖ ਕੇ ਕਰ ਰਹੇ ਹਾਂ। ਬਠਿੰਡਾ ਸਰਗਰਮੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।